ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਇਸ ਤੋਂ ਪਹਿਲਾਂ ਕਿ ਆਪ ਜੀ ਵੀਡੀਓ ਦੇਖੋ ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਨਵੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਅੱਜ ਦਾ ਸਾਡਾ ਟੌਪਿਕ ਹੈ ਦਸਵੀਂ ਜਮਾਤ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਗੁਰਮਤਕਾ ਵਿੱਚ ਵਿੱਚ ਦਰਜ ਭਾਈ ਗੁਰਦਾਸ ਜੀ ਦੀ ਬਾਣੀ ਸਤਗੁਰ ਨਾਨਕ ਪ੍ਰਗਟਿਆ ਇਸ ਦੀ ਅੱਜ ਅਸੀਂ ਪ੍ਰਸੰਗਸਤ ਵਿਆਖਿਆ ਕੇਂਦਰੀ ਭਾਵ ਤੇ ਕੋਸ਼ਨਾ ਅਸਰ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਅਸੀਂ ਭਾਈ ਗੁਰਦਾਸ ਜੀ ਦੇ ਜੀਵਨ ਬਾਰੇ ਚਾਣਨਾ ਪਾਵਾਂਗੇ ਭਾਈ ਗੁਰਦਾਸ ਜੀ ਦਾ ਜਨਮ ਗੁਰੂ ਅਮਰਦਾਸ ਜੀ ਦੇ ਪੱਲਾ ਘਰਾਣੇ ਵਿੱਚੋਂ ਹੋਇਆ ਪਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ ਆਪ ਸੰਸਕ੍ਰਿਤ ਬ੍ਰਜ ਭਾਸ਼ਾ ਫਾਰਸੀ ਅਤੇ ਪੰਜਾਬੀ ਦੇ ਵਿਦਵਾਨ ਸਨ ਸਿੱਖ ਮਤ ਦੇ ਪ੍ਰਚਾਰ ਲਈ ਆਪ ਆਗਰਾ ਬਨਾਰਸ ਉਜੈਨ ਆਦ ਕਈ ਥਾਵਾਂ ਤੇ ਗਏ ਪਾਈ ਗੁਰਦਾਸ ਮਹਾਨ ਸ਼ਕਸ਼ੀਅ ਦੇ ਮਾਲਕ ਸਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੱਚੇ ਗੁਰਸਿੱਖ ਦੀ ਤਰ੍ਹਾਂ ਉੱਚਾ ਤੇ ਸੁੱਚਾ ਬਤੀਤ ਕੀਤਾ ਆਪਨੇ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਹਿਲੀ ਵਾਰ ਆਪਣੇ ਹੱਥ ਨਾਲ ਲਿਖਿਆ ਭਾਈ ਗੁਰਦਾਸ ਜੀ ਨੇ 40 ਵਾਰਾਂ ਲਿਖੀਆਂ ਜੋ ਸ਼ੁੱਧ ਟਕਸਾਲੀ ਪੰਜਾਬੀ ਵਿੱਚ ਹਨ ਬ੍ਰਜ ਭਾਸ਼ਾ ਵਿੱਚ ਆਪ ਦੇ 556 ਕਬਿਤ ਸਵਈਏ ਪ੍ਰਸਿੱਧ ਹਨ ਵਾਰਾਂ ਵਿੱਚ ਆਪਨੇ ਗੁਰੂ ਤੇ ਪਰਮੇਸ਼ਰ ਦਾ ਪਿਆਰ ਸ਼ਰਧਾ ਤੇ ਸਤਿਕਾਰ ਦ੍ਰਿੜ ਕਰਵਾਇਆ ਹੈ ਜਿੱਥੇ ਦੁਰਾਚਾਰ ਦੀ ਨਿਖੇਦੀ ਕੀਤੀ ਹੈ ਉਥੇ ਸਦਾਚਾਰ ਦੀ ਸਿੱਖਿਆ ਵੀ ਦਿੰਦੀ ਹੈ ਆਪਨੇ ਗੁਰਮਤ ਦੇ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ ਜਿਸ ਨਾਲ ਆਪ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਸਭ ਤੋਂ ਪਹਿਲਾਂ ਅਸੀਂ ਸ਼ਬਦਾਂ ਦਾ ਅਧਿਐਨ ਕਰਾਂਗੇ ਸਤਗੁਰੂ ਨਾਨਕ ਪ੍ਰਗਟਿਆ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਭਲੋਆ ਸਿੰਘ ਬੁਕੇ ਮਿਰਗਾਂ ਵਲੀ ਪੰਨੀ ਜਾਇਨਾ ਤੀਰ ਧਰੋਆ ਜਿੱਥੇ ਬਾਬਾ ਪੈਰ ਤਰ ਪੂਜਾ ਆਸਨ ਥਾਪਣ ਹੋਇਆ ਸਿੱਧ ਆਸਨ ਸਭ ਜਗਤ ਦੇ ਨਾਨਕ ਆਦਮਤੇ ਜੈ ਕੋਆ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ ਬਾਬੇ ਤਾਰੇ ਚਾਰ ਚਕ ਨੌਖੰਡ ਪ੍ਰਥਮੀ ਸਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਹੁਣ ਅਸੀਂ ਇਸ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਇਸ ਦੇ ਹਰੇਕ ਸ਼ਬਦਾਂ ਦੇ ਅਰਥ ਦੇਖਾਂਗੇ ਤੁੰਦ ਹਨੇਰਾ ਜਾਂ ਅਗਿਆਨਤਾ ਛਪੇ ਲੁਕ ਜਾਣਾ ਅੰਧੇਰ ਹਨੇਰਾ ਪਲੋਆ ਨਸਿਆ ਸਿੰਘ ਸ਼ੇਰ ਮਿਰਗਵਲੀ ਹਰਨਾਦੀ ਢਾਰ ਹਰਨਾ ਜਾਂ ਹਿਰਨਾ ਦੀ ਢਾ ਤੀਰ ਤਰੋ ਆ ਤੀਜ ਨਹੀਂ ਸੀ ਰੱਖ ਹੁੰਦਾ ਅੱਗੇ ਵਸੋਆ ਵਿਸਾਖੀ ਜਾਂ ਨਵਾਂ ਦਿਨ ਨੌਖੰਡ ਨੌਖੰਡਾ ਵਾਲੀ ਧਰਤੀ ਢੋਆ ਮੇਲ ਗੁਰਮੁਖ ਗੁਰੂ ਕਲ ਕਲ ਜੋ ਪਰਸੰਗ ਇੱਕ ਆਪ ਟੋਟਾ ਸਾਹਿਤ ਮਾਲਾ ਪੁਸਤਕ ਵਿੱਚ ਦਰਜ ਭਾਈ ਗੁਰਦਾਸ ਜੀ ਦੀ ਬਾਣੀ ਸਤਗੁਰ ਨਾਨਕ ਪ੍ਰਗਟਿਆ ਸਰਲੇਖੇ ਡਰਜੇ ਹਨ ਇਸ ਵਿੱਚ ਭਾਈ ਸਾਹਿਬ ਕਲਯੁਗ ਦੀ ਭਿਆਨਕ ਦੁਰਦਸ਼ਾ ਨੂੰ ਪਿਛੋਕੜ ਵਿੱਚ ਰੱਖਦੇ ਹੋਏ ਦੱਸਦੇ ਹਨ ਕਿ ਇਸ ਦੁਰਦਸ਼ਾ ਦਾ ਉਦਾਰ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਤੀ ਤੇ ਅਵਤਾਰ ਲਿਆ ਉਹਨਾਂ ਨੇ ਸੰਸਾਰ ਵਿੱਚ ਹਰ ਪਾਸੇ ਚੱਕਰ ਲਾ ਕੇ ਪਾਪਾਂ ਦਾ ਹਨੇਰਾ ਦੂਰ ਕਰ ਦਿੱਤਾ ਹੁਣ ਅਸੀਂ ਇਸ ਦੀ ਵਿਆਖਿਆ ਕਰਾਂਗੇ ਸਤਿਗੁਰੂ ਨਾਨਕ ਪ੍ਰਗਟਿਆ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਵਿਆਖਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦੇ ਸਮੇਂ ਦੀ ਸਥਿਤੀ ਦਾ ਬਿਆਨ ਕਰਦੇ ਹੋਏ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਤਾਂ ਸੰਸਾਰ ਵਿੱਚੋਂ ਅਗਿਆਨਤਾ ਦੀ ਧੁੰਦ ਮਿਟ ਗਈ। ਪਾਪ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਤੇ ਗਿਆਨ ਦਾ ਚਾਨਣ ਹਰ ਪਾਸੇ ਹੋ ਗਿਆ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੋਆ। ਇਹ ਇਸ ਤਰ੍ਹਾਂ ਹੋਇਆ ਹੈ ਕਿ ਜਿਵੇਂ ਸੂਰਜ ਨਿਕਲਣ ਨਾਲ ਤਾਰੇ ਲੁਕ ਜਾਂ ਛिप ਜਾਂਦੇ ਹਨ। ਤੇ ਹਨੇਰਾ ਦੂਰ ਹੋ ਜਾਂਦਾ ਹੈ ਸਿੰਘ ਬੁਕੇ ਮਿਰਗਾਵਲੀ ਪੰਨੀ ਜਾਇਨਾ ਧੀਰਤ ਰੋਆ ਜਾਂ ਜਿਵੇਂ ਸ਼ੇਰ ਦੇ ਗਰਜਣ ਦੀ ਆਵਾਜ਼ ਸੁਣ ਕੇ ਹਿਰਨਾ ਦੀ ਡਰ ਭੱਜ ਜਾਂਦੀ ਹੈ ਤੇ ਧੀਰਜ ਨਹੀਂ ਕਰਦੀ ਭਾਵ ਉਥੇ ਨਹੀਂ ਰੁਕਦੀ ਠੀਕ ਉਸੇ ਤਰ੍ਹਾਂ ਹੀ ਗੁਰੂ ਜੀ ਦੇ ਆਗਮਨ ਨਾਲ ਜਾਂ ਉਪਦੇਸ਼ ਨਾਲ ਉਪਦੇਸ਼ ਸੁਣ ਕੇ ਵੈਮੀ ਤੇ ਪਰਮੀ ਕਰ ਨਹੀਂ ਸਕੇ ਅਰਥਾਤ ਪਾਪੀਆਂ ਤੇ ਧਾਰਮਿਕ ਕੰਡਿਆਂ ਨੂੰ ਭਾਜਣਾ ਪੈ ਗਈਆਂ ਜਿੱਥੇ ਬਾਬਾ ਪੈਰ ਤਰ ਪੂਜਾ ਆਸਨ ਥਾਪਣ ਸੋਆ ਜਿਨ੍ਹਾਂ ਥਾਵਾਂ ਤੇ ਗੁਰੂ ਜੀ ਦੇ ਚਰਨ ਪਏ ਸਨ ਕੋ ਸਾਰੀਆਂ ਥਾਵਾਂ ਪੂਜਾ ਕਰਨ ਦੇ ਯੋਗ ਹੋ ਗਈਆਂ ਹਨ ਅਰਥਾਤ ਉੱਥੇ ਪੂਜਾ ਸਥਲ ਬਣ ਗਏ ਹਨ ਸਿੱਧ ਆਸਨ ਸਭ ਜਗਤ ਦੇ ਨਾਨਕ ਆਦਮਤੇ ਜੇ ਕੋਵਾ ਪਾਈ ਗੁਰਦਾਸ ਜੀ ਫਰਮਾਉਦੇ ਹਨ ਕਿ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਦਾ ਪ੍ਰਭਾਵ ਇੰਨਾ ਸੀ ਕਿ ਸੰਸਾਰ ਵਿੱਚ ਸਿੱਧਾਂ ਦੇ ਜਿਹੜੇ ਵੀ ਆਸਣ ਭਾਵੇਂ ਜਿੰਨੀਆਂ ਵੀ ਥਾਵਾਂ ਪ੍ਰਸਿੱਧ ਸਨ ਉਹ ਸਾਰੀਆਂ ਗੁਰੂ ਦੇ ਆਸਣ ਦੇ ਨਾਮ ਨਾਲ ਪ੍ਰਸਿੱਧ ਹੋ ਗਈਆਂ ਭਾਵ ਕਿ ਸਿੱਧਾਂ ਦੇ ਸਾਰੇ ਆਸਣ ਗੁਰੂ ਨਾਨਕ ਦੇਵ ਜੀ ਦੇ ਆਸਣ ਹੋ ਗਏ ਘਰ ਘਰ ਅੰਦਰ ਧਰਮਸ਼ਾਲਾ ਹੋਵੇ कीर्तन सदा ਵਿਸੋਵਾ ਪਾਈ ਗੁਰਦਾਜ ਜੀ ਫਰਮਾਉਂਦੇ ਹਨ ਕਿ ਘਰ ਘਰ ਵਿੱਚ ਧਰਮਸ਼ਾਲਾ ਬਣ ਗਈ ਹੈ ਧਰਮਸ਼ਾਲਾ ਭਾਵ ਕੀ ਧਰਮ ਸਥਾਨ ਤੇ ਕੀਰਤਨ ਹੋ ਲੱਗ ਪਿਆ ਹੈ ਜਿਵੇਂ ਕਿ ਹਰ ਰੋਜ਼ ਹੀ ਵਿਸਾਖੀ ਹੋਵੇ ਜਾਂ ਨਵਾਂ ਦਿਨ ਚੜਿਆ ਹੋਵੇ ਭਾਵ ਕੀ ਸਾਰੇ ਪਾਸੇ ਲਗਾਤਾਰ ਹੀ ਖੁਸ਼ੀ ਦਾ ਕੀਰਤਨ ਹੋ ਰਿਹਾ ਹੈ ਬਾਬੇ ਤਾਰੇ ਚਾਰ ਚੱਕ ਨੌਕਣ ਪ੍ਰਿਥਮੀ ਸਚਾ ਟੂਆ ਗੁਰੂ ਜੀ ਨੇ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ ਹਨ ਭਾਵ ਕੀ ਚਾਰੇ ਪਾਸੇ ਲੋਕਾਂ ਦਾ ਉਧਾਰ ਉਧਾਰ ਕਰਕੇ ਉਹਨਾਂ ਦਾ ਕਲਿਆਣ ਕੀਤਾ ਤੇ ਨੌ ਖੰਡ ਦੀ ਧਰਤੀ ਤੇ ਸੱਚ ਦਾ ਮੇਲ ਹੋ ਗਿਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਇਸ ਤਰ੍ਹਾਂ ਪਾਈ ਗੁਰਦਾਰ ਜੀ ਫਰਮਾਉਂਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਲਯੁਗ ਵਿੱਚ ਪ੍ਰਗਟ ਹੋਏ ਤੇ ਉਹਨਾਂ ਨੇ ਸੰਸਾਰ ਦਾ ਉਧਾਰ ਕੀਤਾ ਹੁਣ ਅੱਗੇ ਸਤਗੁਰ ਨਾਨਕ ਪ੍ਰਗਟਿਆ ਕਵਿਤਾ ਦਾ ਕੇਂਦਰੀ ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸੰਸਾਰ ਵਿੱਚ ਪਸਰੇ ਅਗਿਆਨਤਾ ਦੇ ਹਨੇਰੇ ਤੇ ਪਾਪਾਂ ਦਾ ਨਾਸ਼ ਹੋ ਗਿਆ ਗੁਰੂ ਜੀ ਨੇ ਥਾ ਥਾ ਸੱਚ ਤੇ ਧਰਮ ਦਾ ਪ੍ਰਚਾਰ ਕੀਤਾ ਤੇ ਇਸ ਪ੍ਰਕਾਰ ਚਾਰੇ ਦਿਸ਼ਾਵਾਂ ਅਤੇ ਨੌ ਖੰਡ ਪ੍ਰithvi ਨੂੰ ਤਾਰ ਦਿੱਤਾ ਹੁਣ ਅੱਗੇ ਪ੍ਰਸ਼ਨ ਉਤਰ ਹਨ ਸ ਪਹਿਲਾ ਕੁਐਸਚਨ ਸਤਗੁਰ ਨਾਨਕ ਪ੍ਰਗਟਿਆ ਕਿਸ ਦੀ ਰਚਨਾ ਹੈ ਉੱਤਰ ਪਾਈ ਗੁਰਦਾਸ ਜੀ ਦੀ ਅੱਗੇ ਪਾਈ ਗੁਰਦਾਸ ਜੀ ਦੀ ਰਚਨਾ ਕਿਹੜੀ ਹੈ ਉੱਤਰ ਸਤਗੁਰ ਨਾਨਕ ਪ੍ਰਗਟਿਆ ਨੈਕਸਟ ਕੁਐਸਚਨ ਜੂਕਰ ਸੂਰਜ ਨਿਕਲਿਆ ਤਾਰੇ ਚਪ ਅੰਧੇਰ ਪਲਵਾ ਤੋਂ ਕਿਸ ਦੀ ਹੈ ਉੱਤਰ ਪਾਈ ਗੁਰਦਾਸ ਜੀ ਦੀ ਅਗਲਾ ਕੁਐਸਚਨ ਪਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ਉੱਤਰ 40 ਅਗਲਾ ਕੁਐਸਚਨ ਪਾਈ ਗੁਰਦਾਸ ਜੀ ਦਾ ਜਨਮ ਕਦੋਂ ਹੋਇਆ ਉੱਤਰ 1569 ਈਸਵੀ ਵਿੱਚ ਅਗਲਾ ਕੁਐਸਚਨ ਪਾਈ ਗੁਰਦਾਸ ਜੀ ਦਾ ਦਿਹਾਂਤ ਕਦੋਂ ਹੋਇਆ ਉੱਤਰ 1637 ਈਸਵੀ ਵਿੱਚ ਨੈਕਸਟ ਕੁਐਸਚਨ ਪਾਈ ਗੁਰਦਾਸ ਜੀ ਰਿਸ਼ਤੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੇ ਕੀ ਲੱਗਦੇ ਸਨ ਉੱਤਰ ਭਤੀਜੇ ਨੈਕਸਟ ਕੁਐਸਚਨ ਪਾਈ ਗੁਰਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਕਿਸ ਘਰਾਣੇ ਵਿੱਚ ਪੈਦਾ ਹੋਏ ਉੱਤਰ ਪੱਲਾ ਅਗਲਾ ਕੁਐਸਚਨ ਪਾਈ ਗੁਰਦਾਸ ਜੀ ਕਿਸ মত ਦੇ ਪ੍ਰਚਾਰ ਲਈ ਵੱਖ-ਵੱਖ ਥਾਵਾਂ ਤੇ ਗਏ ਉੱਤਰ ਸਿੱਖ মত ਦੇ ਪ੍ਰਚਾਰ ਲਈ ਨੈਕਸਟ ਕੁਐਸਚਨ ਪਾਈ ਗੁਰਦਾਸ ਜੀ ਦੀਆਂ ਵਾਰਾਂ ਕਿਹੜੀ ਪੰਜਾਬੀ ਵਿੱਚ ਹਨ ਉੱਤਰ ਤਕਸਾਲੀ ਨੈਕਸਟ ਕੁਐਸਚਨ ਪਾਈ ਗੁਰਦਾਸ ਜੀ ਨੇ ਗੁਰਬਾਣੀ ਦੇ ਕਿਸ ਪੱਖ ਦੀ ਵਿਆਖਿਆ ਕੀਤੀ ਉੱਤਰ ਸਿਧਾਂਤਿਕ ਪੱਖ ਦੀ ਅਗਲਾ ਕੁਐਸਚਨ ਪਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕਿਸ ਦੀ ਸਿੱਖਿਆ ਦਿੱਤੀ ਉੱਤਰ ਸਦਾਚਾਰ ਦੀ ਅਗਲਾ ਕੁਐਸਚਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਤੇ ਅਗਿਆਨਤਾ ਦਾ ਕੀ ਦੂਰ ਹੋ ਗਿਆ ਉੱਤਰ ਹਨੇਰਾ ਅਗਲਾ ਪ੍ਰਸ਼ਨ ਸੂਰਜ ਚੜ੍ਹਨ ਨਾਲ ਕੀ ਦੂਰ ਹੁੰਦਾ ਹੈ ਉੱਤਰ ਹਨੇਰਾ ਅਗਲਾ ਕੁਐਸਚਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਕਰਕਰ ਅੰਦਰ ਕੀ ਬਣ ਗਿਆ ਉੱਤਰ ਧਰਮਸ਼ਾਲਾ ਨੈਕਸਟ ਕੁਐਸਚਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਦਿਸ਼ਾਵਾਂ ਦੇ ਲੋਕਾਂ ਨੂੰ ਉਤਾਰ ਦਿੱਤਾ ਉੱਤਰ 4 ਨੈਕਸਟ ਕੁਐਸਚਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਸ ਯੁੱਗ ਵਿੱਚ ਪ੍ਰਗਟ ਹੋਏ ਉੱਤਰ ਕਲਯੁਗ ਵਿੱਚ ਨੈਕਸਟ ਕੁਐਸਚਨ ਭਾਈ ਗੁਰਦਾਸ ਜੀ ਕਿੰਨੀਆਂ ਭਾਸ਼ਾਵਾਂ ਦੇ ਵਿਦਵਾਨ ਸਨ ਉੱਤਰ ਸੰਸਕ੍ਰਿਤ ਬ੍ਰਜ ਭਾਸ਼ਾ ਫਾਰਸੀ ਅਤੇ ਪੰਜਾਬੀ ਦੇ ਨੈਕਸਟ ਕੁਐਸਚਨ ਸ਼ੇਰ ਦੇ ਬੁੱਕਾ ਨਾਲ ਕਿਸ ਦਾ ਧੀਰਜ ਟੁੱਟ ਜਾਂਦਾ ਹੈ ਉੱਤਰ ਹਿਰਨਾ ਦਾ ਨੈਕਸਟ ਕੁਐਸਚਨ ਜਿੱਥੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਪੈਰ ਧਰਦੇ ਸਨ ਉਹ ਥਾਂ ਸੇਵਕਾਂ ਲਈ ਕਹਿੋਜੀ ਹੋ ਜਾਂਦੀ ਸੀ ਉੱਤਰ ਪੂਜਨ ਜੋ ਨੈਕਸਟ ਕੁਐਸਚਨ ਚਾਰੇ ਦਿਸ਼ਾਵਾਂ ਤੇ ਨੌ ਖੰਡਾਂ ਨੂੰ ਕਿਸ ਨੇ ਤਾਰਿਆ ਉੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਗਲਾ ਕੁਐਸਚਨ ਥਾਂ ਥਾਂ ਕਰ ਕਰ ਵਿੱਚ ਕੀ ਹੋਣ ਲੱਗਿਆ ਉੱਤਰ ਕੀਰਤਨ ਅਗਲਾ ਕੁਐਸਚਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸੰਸਾਰ ਵਿੱਚੋਂ ਕਿਹੜਾ ਹਨੇਰਾ ਮਿਟ ਗਿਆ ਉੱਤਰ ਅਗਿਆਨਤਾ ਦਾ ਨੈਕਸਟ ਕੁਐਸਚਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਕਾਹਦਾ ਪ੍ਰਕਾਸ਼ ਹੋ ਗਿਆ ਉੱਤਰ ਗਿਆਨ ਦਾ ਜਾਂ ਸੱਚ ਦਾ ਧੰਨਵਾਦ